ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਮਿੰਦਰ ਸ਼ੇਰਗਲ ਗਲੋਬਲ ਵੀਜ਼ਾ ਹੈਲਪਲਾਈਨ ਤੋਂ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ, ਵੱਖਰੀਆਂ ਵੱਖਰੀਆਂ ਜਿਹੜੀ ਬੱਚਿਆਂ ਦੀ ਅਚੀਵਮੈਂਟ ਹੁੰਦੀਆਂ ਨੇ, ਵੀਜ਼ਾਸ ਲੱਗਦੇ ਹੈਗੇ, ਉਹਨਾਂ ਨਾਲ ਆਪਾਂ ਤੁਹਾਨੂੰ ਰੂਬਰੂ ਕਰਵਾਉਂਦੇ ਰਹਿੰਦੇ ਹਾਂ। ਅੱਜ ਸਾਡੇ ਨਾਲ ਨੇ, ਅੱਜ ਸਾਡੇ ਗਲੋਬਲ ਵੀਜ਼ਾ ਹੈਲਪਲਾਈਨ ਦੇ ਸਾਰੇ ਪਰਿਵਾਰ ਦੇ ਵਿੱਚ ਇੱਕ ਹੋਰ ਬੱਚੇ ਦੀ ਅਚੀਵਮੈਂਟ ਹੋਈ ਆ, ਵੀਜ਼ਾ ਲੱਗਿਆ ਹੈਗਾ, ਹੋਰ ਇੱਕ ਵਾਧਾ ਹੋਇਆ ਹੈਗਾ। ਸਾਡੇ ਨਾਲ ਨੇ ਹਿਤੇਸ਼ ਸ਼ਰਮਾ ਜੀ। ਹਿਤੇਸ਼ ਜੀ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਸਰ ਮੈਂ ਰਾਜਪੁਰਾ। ਰਾਜਪੁਰਾ ਤੋਂ ਬਿਲੋਂਗ ਕਰਦੇ ਹੈਗੇ ਹੋ, ਅਤੇ ਕਿੱਦਾਂ ਤੁਹਾਨੂੰ ਗਲੋਬਲ ਵੀਜ਼ਾ ਹੈਲਪਲਾਈਨ ਬਾਰੇ ਪਤਾ ਲੱਗਿਆ? ਸਰ ਇੱਕ ਫਰੈਂਡ ਨੇ ਰੈਫਰੈਂਸ ਦਿੱਤੀ ਸੀਗੀ। ਆਪਣੀ ਫਾਈਲ ਲਗਾ ਸਕਦੇ ਹਾਂ, ਬਟ ਜੇ ਤੁਹਾਡੇ 5.5 ਬੈਂਡ ਵੀ ਹੈਗੇ ਆ, ਫਿਰ ਤੁਸੀਂ ਨਾਨ SDS ਕੈਟਾਗਰੀ ਦੇ ਵਿੱਚ ਜਾਂ ਯੂਨੀਵਰਸਿਟੀ ਕੈਟਾਗਰੀ ਦੇ ਵਿੱਚ ਆਪਣੀ ਫਾਈਲ ਲਗਾ ਸਕਦੇ ਹੈਗੇ ਹੋ। ਇਹ ਨਹੀਂ ਹੈਗਾ ਵੀ ਜਿਵੇਂ ਪਹਿਲਾਂ ਤੁਹਾਡਾ ਆਪਣਾ ਹੁੰਦਾ ਸੀਗਾ ਵੀ SPP ਅਤੇ ਨਾਨ SPP ਕੈਟਾਗਰੀ ਹੁੰਦੀ ਸੀ, ਹੁਣ ਵੀ ਸੇਮ ਉੱਦਾਂ ਹੀ ਹੈਗਾ ਜੀ, SDS ਅਤੇ ਨਾਨ SDS ਕੈਟਾਗਰੀ ਹੈਗੀ ਆ। ਤੁਸੀਂ 6E 'ਚ ਹੈਗੇ ਆ, ਤੁਸੀਂ SDS 'ਚ ਫਾਈਲ ਲਗਾਓ, ਤੁਹਾਡੇ 5.5 ਬੈਂਡ ਹੈਗੇ ਆ ਤਾਂ ਤੁਸੀਂ ਨਾਨ SDS ਦੇ ਵਿੱਚ ਫਾਈਲ ਲਗਾ ਸਕਦੇ ਹੋ। ਹਿਤੇਸ਼, ਕੀ ਪ੍ਰੋਫਾਈਲ ਸੀ ਬੱਚੇ ਤੁਹਾਡਾ? ਮੈਂ 10th ਕੀਤੀ ਸੀ 2011 'ਚ। ਆਫਟਰ ਡੈਟ ਮੈਂ ਡਿਪਲੋਮਾ ਕੀਤਾ ਇਨ ਮਕੈਨੀਕਲ ਇੰਜੀਨੀਅਰਿੰਗ, ਫਸਟ ਮੈਂ 2014 'ਚ ਕੀਤਾ। ਉਸ ਤੋਂ ਬਾਅਦ ਮੇਰਾ 4 ਸਾਲ ਦਾ ਗੈਪ ਸੀਗਾ। ਜਿਵੇਂ ਤੁਸੀਂ ਸੁਣਿਆ ਵੀ ਹਿਤੇਸ਼ ਨੇ ਡਿਪਲੋਮਾ ਕੀਤਾ ਸੀਗਾ 2014 ਦੇ ਵਿੱਚ, ਉਸ ਤੋਂ ਬਾਅਦ 4 ਸਾਲ ਦਾ ਗੈਪ ਸੀਗਾ, ਅਤੇ ਤੁਸੀਂ ਵੀ ਆਪਣਾ ਵੀਜ਼ਾ ਲਗਾਉਣਾ ਚਾਹੁੰਦੇ ਹੋ, ਜੇ ਤੁਹਾਡਾ ਗੈਪ ਹੈਗਾ ਸਟੱਡੀ ਦੇ ਵਿੱਚ ਜਾਂ ਤੁਹਾਡੇ ਬੈਂਡ ਸਕੋਰ ਘੱਟ ਹੈਗੇ ਆ। ਇਹਦੇ ਨਾਲ ਹੀ ਹੁਣ ਜਿਵੇਂ ਆਪਾਂ ਤੁਹਾਨੂੰ ਪਤਾ ਕਿਊਬੈਕ ਦਾ ਜਿਹੜਾ ਪ੍ਰੋਗਰਾਮ ਪ੍ਰਮੋਟ ਕਰ ਰਹੇ ਹੈਗੇ ਆ, ਕਿਊਬੈਕ ਦੇ ਵੀ ਬਹੁਤ ਵਧੀਆ ਵੀਜ਼ਾ ਜਿਹੜੇ ਇਸ ਟਾਈਮ 'ਤੇ ਆ ਰਹੇ ਆ ਜੀ, ਬਹੁਤ ਵਧੀਆ ਚੰਗਾ ਟਾਈਮ ਚੱਲ ਰਿਹਾ ਹੈਗਾ ਅੱਜ ਦਾ ਕਿਊਬੈਕ ਦੇ ਵਿੱਚ ਵੀਜ਼ਾ ਲੈਣ ਦੇ ਲਈ। ਇਸ ਕਰਕੇ ਡਿਲੇ ਨਾ ਕਰੋ, ਜਿੰਨਾ ਜਲਦੀ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋਗੇ ਉਨੀ ਜਲਦੀ ਹੀ ਆਪਣਾ ਡਿਸੀਜ਼ਨ ਜਿਹੜੇ ਰਿਜ਼ਲਟ ਹੈਗੇ ਉਹ ਆਪਾਂ ਨੂੰ ਪ੍ਰਾਪਤ ਹੋਣਗੇ। CAQ ਦੇ ਲਈ ਆਪਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ, CAQ ਤੁਸੀਂ ਲੈਣਾ ਚਾਹੁੰਦੇ ਹੈਗੇ ਹੋ, ਤਕਰੀਬਨ 25 ਤੋਂ 30 ਦਿਨ ਦਾ ਟਾਈਮ ਲੱਗਦਾ ਹੈਗਾ CAQ ਦਾ। ਇਸ ਦੇ ਨਾਲ ਹੀ ਤੁਸੀਂ ਕੈਨੇਡਾ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਨਾ ਹੈਗਾ, ਉਹ ਚਾਹੇ ਕਿਊਬੈਕ ਹੈਗਾ, ਜੇ ਤੁਸੀਂ ਕਿਤੇ ਹੋਰ ਵੀ ਅਪਲਾਈ ਕਰਨਾ ਚਾਹੁੰਦੇ ਹੋ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਸਸਕੈਚਵਨ, ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਗਲੋਬਲ ਵੀਜ਼ਾ ਹੈਲਪਲਾਈਨ ਨੂੰ ਇੱਕ ਵਾਰੀ ਸੰਪਰਕ ਕਰੋ, ਸਲਾਹ ਲਵੋ। ਤੁਹਾਨੂੰ ਚੰਗਾ ਲੱਗੇਗਾ ਤਾਂ ਤੁਸੀਂ ਆਪਣਾ ਜ਼ਰੂਰ ਜਿਹੜਾ ਕੇਸ ਅਪਲਾਈ ਕਰੋ, ਅਤੇ ਸਲਾਹ ਲੈਣ ਦੇ ਕੋਈ ਪੈਸੇ ਨਹੀਂ ਹੈਗੇ, ਨਾ ਕੋਈ ਕੰਪਨੀ ਦੀ ਸਾਡੀ ਕੋਈ ਐਡਵਾਂਸ ਫੀਸ ਹੈਗੀ। ਇੱਕ ਵਾਰੀ ਤੁਸੀਂ ਮਿਲ ਸਕਦੇ ਹੋ ਸਾਨੂੰ ਜਲੰਧਰ ਅਤੇ ਚੰਡੀਗੜ੍ਹ ਦੇ ਵਿੱਚ, ਸਾਡੇ ਆਫਿਸਿਸ ਹੈਗੇ ਆ ਜੀ। ਇਹਦੇ ਨਾਲ ਹੀ ਆਪਾਂ ਹਿਤੇਸ਼ ਜੀ ਤੁਹਾਨੂੰ ਕੰਗ੍ਰੈਚੁਲੇਸ਼ਨ ਕਹਿੰਦੇ ਹਾਂ ਬਹੁਤ ਬਹੁਤ ਬੱਚੇ, ਇਹ ਵੀਜ਼ਾ ਤੁਹਾਡਾ। ਕੋਈ ਮੈਸੇਜ ਦੇਣਾ ਚਾਹੋ ਵੀਰ ਨੂੰ? ਮਤਲਬ ਮੈਸੇਜ ਤਾਂ ਇਹੀ ਆ, ਗਲੋਬਲ ਵੀਜ਼ਾ ਹੈਲਪਲਾਈਨ ਨੇ ਬਹੁਤ ਹੈਲਪ ਕੀਤੀ ਆ, ਠੀਕ ਹੈ ਨਾ। ਮੈਂ ਤਾਂ ਇਹੀ ਰਿਕਮੈਂਡ ਕਰਾਂਗਾ ਸਰ ਫਰੈਂਡਸ ਨੂੰ, ਜਿਹਨੇ ਕੋਈ ਵੀਜ਼ਾ ਕਰੋ ਤਾਂ ਆਪਣੀ ਪ੍ਰੋਫਾਈਲ ਸ਼ੇਅਰ ਕਰੋ। ਥੈਂਕ ਯੂ ਹਿਤੇਸ਼ ਜੀ, ਐਕਚੁਲੇਸ਼ਨ ਤੁਹਾਨੂੰ ਬਹੁਤ ਬਹੁਤ।